ਕਾਲੋ ਛੇਤੀ ਬਲਾ ਬਲਾਓ ਨਾਮ ਸੁਖਜੀਤ ਕੌਰ ਹੈਗਾ ਹਾਂਜੀ ਗੱਲ ਹੋਈ ਗੱਲ ਹੋਈ ਹੈ ਕਿਹੜੀ ਜਗ੍ਹਾ ਹੋਈ ਬਸ ਪਾਰਕ ਤੋਂ ਮਨਾ ਕੀਤਾ ਪਾਰਕ ਚ ਨਹੀਂ ਜਾਣਾ ਉਹਨਾਂ ਨੇ ਕਿਹੜੇ ਪਾਰਕ ਅੱਜ ਰਹੇਗੀ ਪਾਰਕ ਅੱਛਾ ਕੀ ਕਿਹਾ ਇੱਡਾ ਰੋਡ ਚਲਾਇਆ ਗੋਲੀਆਂ ਵੀ ਚਲਾਈਆਂ ਗਿਆ ਕਿੰਨਾਂ ਨੇ ਚਲਾਈਆਂ ਗੋਲੀਆਂ ਮੈਨੂੰ ਉਹਨਾਂ ਉੱਥੇ ਬੰਦੇ ਹੈਗੇ ਉਹਨਾਂ ਚਲਾਈ ਗਈ ਗੋਲੀਆਂ ਚਲਾਈਆਂ ਮਾਰਿਆ ਮੈਡਮ ਹੱਡੀ ਨੂੰ ਵੀ ਮਾਰਿਆ ਹੈਗਾ ਵਾ ਕਿਸ ਕਾਰਨ ਚਲਾਈਆਂ ਕਰਦੇ ਹੋ ਉਹ ਕਹਿੰਦੇ ਬੈਸ ਨਹੀਂ ਲੈਣਾ ਕਿਹੜੇ ਕਾਰਨ ਚਲਾਈਆਂ ਬੱਗਾ ਨਾ ਉਹਦਾ ਬੱਗਾ ਬੱਗਾ ਹੈਗਾ ਨਾਮ ਉਹਦਾ ਕਿਸ ਕਾਰਨ ਚਲਾਈਆਂ ਉਹਨੇ ਮੇਰੇ ਬੱਗਾ ਕਾਉਂਸਲਰ गोली चला दी कुड़िया ने खिंच लिया चला लगा फिर फायर कर दिता असि मतलब की टीम चला लगे कहते इतने लोकेशन नहीं लानी असि पार्क चो बाहर चल गए बाद चो साडी मैम नू वड्डे मैम नू गाला कड्डन लग गया फिर उन्होंने भी मतलब की किया उन्होंने चपेड़ा मारिया उन्होंने दो फायर किते उन्होंने सोटियां मार मार के मैडम दे मन के हिलाते सारे लक दे ਹੁਣ ਅਸੀਂ ਆਪਣੇ ਇਨਸਾਫ ਚਾਹੀਦਾ ਵਾ ਸਾਨੂੰ ਕਿ ਉਹਨਾਂ ਨੂੰ ਮਤਲ ਕਰੇ ਨਾ ਸਾਹ ਮਿਲਿਆ ਅਗਲੀ ਕਾਰਵਾਈ ਅਸੀਂ ਧਰਨਾ ਲਾਵਾਂਗੇ ਫਿਰ ਅਸੀਂ ਧਰਨਾ ਲਾਵਾਂਗੇ ਹਿੰਦੁਸਤਾਨ ਲੀਵਰ ਦੀਆਂ 6 ਟੀਮਾਂ ਮੇਰੇ ਕੋਲ ਚਲਦੀਆਂ ਜੀ ਸਾਰੀਆਂ ਟੀਮਾਂ ਚਲਦੀਆਂ ਹਿੰਦੁਸਤਾਨ ਲੀਵਰ ਦੇ ਬਸ ਡੋਰ ਟੂ ਸਰਵੇ ਕਰਵਾਉਂਦੇ ਆ ਸਵੇਰੇ ਅਸੀਂ ਆਪਣੀਆਂ ਟੀਮਾਂ ਲਗਾਈਆਂ ਤੇ ਮੈਂ ਇਹਨਾਂ ਨੂੰ ਕਿਹਾ ਇਹ ਕਹਿੰਦੇ ਭਾਜੀ ਇੱਥੇ ਕਿੰਨੀ ਹੁਕਮ ਨਾਲ ਆਇਓ ਮੈਂ ਕਿਹਾ ਸਰ ਤੁਹਾਨੂੰ ਰਿਕੁਐਸਟ ਕਰਦੇ ਕਹਿੰਦੇ ਕੋਈ ਰਿਕੁਐਸਟ ਕੁਛ ਨਹੀਂ 5 ਮਿੰਟ ਬਾਅਦ ਨਿਕਲ ਜਾਓ ਨਹੀਂ ਤਾਂ ਫਿਰ ਆਪਣਾ ਹਿਸਾਬ ਲਾ ਲੈਣਾ ਅਸੀਂ ਬਾਹਰ ਆ ਗਏ ਆ ਬਾਹਰ ਆ ਕੇ ਇਹਨਾਂ ਨੇ ਮੇਰੀ ਮੰਮੀ ਨੂੰ ਗਾਲਾਂ ਕੱਢਣੀ ਸ਼ੁਰੂ ਮੈਂ ਭਾਈ ਗਾਲਾਂ ਕੱਢੋ ਇਹਨਾਂ ਨੇ ਮੇਰੇ ਮੋਢੇ ਤੇ ਮੇਰਾ ਮੋਢਾ ਸਾਰਾ ਫ੍ਰੈਕਚਰ ਹੋਇਆ ਅੱਛਾ ਉਸ ਤੋਂ ਬਾਅਦ ਮੇਰਾ ਮੋਢਾ ਉਸ ਤੋਂ ਮੰਮੀ ਦੇ ਸੋਟੀਆਂ ਮਾਰੀਆਂ ਗੋਲੀਆਂ ਚਲਾਈਆਂ ਮੇਰੇ ਕੋਲ ਵੀਡੀਓ ਆ ਗੋਲੀਆਂ ਚਲਾਉਂਦਾ ਇਹਨਾਂ ਦਾ ਕਿੰਨੀਆਂ ਗੋਲੀਆਂ ਚਲਾਈਆਂ ਤਿੰਨ ਫਾਇਰ ਕੀਤੇ ਹਵਾ ਫਾਇਰ ਕਿੰਨੇ ਚਲਾਈਆਂ ਬੱਗਾ ਤੇ ਫਿਰ ਨਾ ਮੋਢਾ ਬੱਗਾ ਕੌਂਸਲਰ ਜੀ ਸਾਹਮਣੇ ਕਹਿ ਰਹੇ ਮੈਨੂੰ ਪੂਰਾ ਨਹੀਂ ਪਤਾ ਉਹਦਾ ਨਾਂ ਬਾਰੇ ਕਿਉਂਕਿ ਅਸੀਂ ਤੇ ਆਪਣੇ ਅਸੀਂ ਰਹਿੰਦੇ ਹਾਂ ਹਰੀਪੁਰੇ ਅਸੀਂ ਤੇ ਕੰਮ ਕਰਨ ਆਏ ਸੀ ਲੇਕਿਨ ਮੈਨੂੰ ਪਤਾ ਲੱਗਾ ਕਿ ਉਹਦਾ ਨਾਂ ਬੱਗਾ ਕੌਂਸਲਰ ਮੇਰੇ ਕੋਲ ਵੀਡੀਓ ਹੈਗੀ ਉਹਦੀ ਫੋਟੋ ਬਕਾਇਦਾ ਹੈਗੀ ਆ ਤਾਂ ਮੈਂ ਦਿਖਾ ਦਿੰਦਾ ਵਾਂ ਸਾਨੂੰ ਮੇਰੀ ਮਦਰ ਨੂੰ ਤਿੰਨ ਬੰਦਿਆਂ ਨੇ ਜ਼ਮੀਨ ਤੇ ਲੰਮੇ ਪਾ ਕੇ ਕੁੱਟਿਆ ਵਾ ਇੱਟਾਂ ਮਾਰੀਆਂ ਮੇਰਾ ਮੋਢਾ ਉਤਰਿਆ ਵਾ ਮੇਰੀ ਪ੍ਰਮੋਟਰਾਂ ਨੂੰ ਸੱਟਾਂ ਲੱਗੀਆਂ ਬੱਚੇ ਤੱਕ ਨਹੀਂ ਬਖਸ਼ੇ ਇਹਨਾਂ ਨੇ ਤੇ ਸਾਨੂੰ ਜਦ ਤੱਕ ਇਨਸਾਫ ਨਹੀਂ ਮਿਲੇਗਾ ਅਸੀਂ ਇੱਥੇ ਧਰਨਾ ਰਵਾਂਗੇ ਭੁੱਖ ਹੜਤਾਲ ਤੇ ਬੈਠਾਂਗੇ ਸਾਰੀ ਟੀਮ ਬਹਿ ਜਾਓ ਯਾਰ ਗੱਲ ਭਾਜੀ ਇਸ ਤਰ੍ਹਾਂ ਹੀ ਪਾਰਕ ਦੇ ਵਿੱਚ ਘੱਟੋ ਘੱਟ ਨਾ 2-250 ਲੇਡੀਜ਼ ਅੱਜ ਨਾ ਸਾਡੀ ਸ਼ਵਾਲਾ ਕਲੋਨੀ ਹੁਕਮ ਸਿੰਘ ਰੋਡ ਪਾਰਕ 'ਚ ਸੇਲਮੈਨੀ ਦੇ ਕੰਮ ਕਰਨ ਵਾਸਤੇ ਗੋਦਾਮ ਬਣਾ ਕੇ ਬੈਠੇ ਸੀ ਜਦ ਇਹਨਾਂ ਨੂੰ ਕਿਹਾ ਕਿ ਤੁਸੀਂ ਬਾਹਰ ਚਲੇ ਜਾਓ ਇਹ ਪਾਰਕ ਕਲੋਨੀ ਸਾਫ਼ ਕਰਾਉਂਦੀ ਹੈ ਤੁਸੀਂ ਗੰਦ ਪਾ ਕੇ ਚਲ ਜਾਂਦੇ ਹੋ ਇਹਨਾਂ ਦੇ ਵਿੱਚੋਂ ਕੁਛ ਜਨਾਨੀਆਂ ਬੋਲਣ ਲੱਗ ਪਈਆਂ ਜਿਨ੍ਹਾਂ ਨੇ ਮਾੜਾ ਚੰਗਾ ਵੀ ਬੋਲਿਆ ਗਾਲਾਂ ਵੀ ਕੱਢੀਆਂ ਇਹਨਾਂ ਨੇ ਮੇਰੇ 'ਤੇ ਵੱਟੇ ਵੀ ਮਾਰੇ 20-25 ਜਨਾਨੀਆਂ ਨੇ ਮੈਨੂੰ ਵੱਟੇ ਇਕੱਲੇ ਨੂੰ ਮਾਰੇ ਮੈਂ ਫਿਰ ਇਹਨਾਂ ਦੇ ਅੱਗੇ ਲੱਗ ਕੇ ਭੱਜਿਆ ਉਹਦੀਆਂ ਵੀਡੀਓ ਉੱਥੋਂ ਨਿਕਲ ਜਾਣਗੀਆਂ ਕੈਮਰਿਆਂ 'ਚੋਂ ਕੋਈ ਗੱਲ ਨਹੀਂ ਹੈਗੀ ਮੈਂ ਇੰਚਾਰਜ ਸਾਹਿਬ ਨੂੰ ਫੋਨ ਕੀਤਾ ਸੀ ਇਹਨਾਂ ਇੰਚਾਰਜ ਸਾਹਿਬ ਨੂੰ ਵੀ ਨਹੀਂ ਡੀਕਿਆ ਤਾਂ ਮੈਨੂੰ ਪੱਥਰ ਮਾਰਨੇ ਸ਼ੁਰੂ ਕਰਤੇ ਔਰ ਆਹ ਬੰਦਾ ਜਿਹੜਾ ਕਿ ਹੁਣ ਦਰਖਾਸਤ ਦੇ ਕੇ ਗਿਆ ਇਸ ਬੰਦੇ ਨੇ ਸਾਰੀਆਂ ਜਨਾਨੀਆਂ ਨੂੰ ਚੁੱਕਿਆ ਕਿ ਇਹਨੂੰ ਉਹਨਾਂ ਭਜਾਓ ਉਹਨਾਂ ਨੇ ਮੇਰੇ 'ਤੇ ਪੱਥਰਬਾਜ਼ੀ ਕੀਤੀ ਅਤੇ ਮੈਂ ਇਕੱਲਾ ਹੀ ਮਗਰ ਅੱਗੇ ਅੱਗੇ ਅਤੇ ਉਹ ਮਗਰ ਮਗਰ ਉਸ ਤੋਂ ਬਾਅਦ ਅਸੀਂ ਥਾਣੇ ਆ ਗਏ ਹਾਂ ਥਾਣੇ ਆਣ ਕੇ ਇਹਨਾਂ ਨੂੰ ਦੱਸਿਆ ਇਹ ਜਨਾਨੀਆਂ ਅੱਧੀਆਂ ਇਹਨਾਂ ਨੇ ਲੋਡ ਕਰਕੇ ਭੇਜ ਦਿੱਤੀਆਂ 3-4 ਟੈਂਪੂ 20-25-30 ਇੱਥੇ ਬਾਹਰ ਛੱਡੀਆਂ ਬਾਕੀ ਜਨਾਨੀ ਚੱਲ ਗਈਆਂ ਕਮ ਸੇ ਕਮ ਉੱਥੇ 250 ਜਨਾਨੀ ਸੀ ਜਿਹੜੀ ਜਨਾਨੀ ਜਿਹੜੇ ਬਿਨਾਂ ਪੁੱਛੇ ਘਰ ਦੇ ਬੂਹੇ ਖੜਕਾ ਦਿੰਦੀਆਂ ਕਲੋਨੀ ਵਾਲਿਆਂ ਨੂੰ ਤਰਾਸ ਸੀ ਕਿ ਇਹ ਆਉਂਦੀਆਂ ਬੂਹੇ ਖੜਕਾਉਂਦੀਆਂ ਲੇਕਿਨ ਕੋਈ ਗੱਲ ਨਹੀਂ ਕੰਮ ਕਰਦੀਆਂ ਲੇਕਿਨ ਪਾਰਕ ਸਾਡੀ ਕਲੋਨੀ ਦਾ ਅਸੀਂ ਉਹਨੂੰ ਡਿਵੈਲਪ ਕਰਾਉਂਦੇ ਹਾਂ ਅਸੀਂ ਉਹਦੇ 'ਤੇ ਪੈਸੇ ਖਰਚਣੇ ਆ ਸਾਨੂੰ ਅਧਿਕਾਰ ਹੈ ਹਰ ਬੰਦੇ ਨੂੰ ਕਹਿਣ ਦਾ ਲੇਕਿਨ ਜੇ ਕਿਸੇ ਨੂੰ ਕਿਹਾ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਅੱਗੋਂ ਕਿਸੇ ਜ਼ਿੰਮੇਵਾਰ ਬੰਦੇ 'ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦੇ ਇਹਨਾਂ 'ਤੇ ਮੇਰੇ ਨਾ ਭਾਜੀ ਗੋਲੀ ਸਾਡੇ ਕੋਲ ਹੈ ਮੁੰਡੇ ਦੀ ਵੀਡੀਓ ਆ ਰਹੀ ਹੈ ਜਿਹੜਾ ਤੁਹਾਡੇ ਨਾਲ ਸੀ ਬੰਦਾ ਉਹ ਸਰ ਮੇਰੇ ਨਾਲ ਕੋਈ ਬੰਦਾ ਹੀ ਨਹੀਂ ਮੇਰੇ ਨਾਲ ਆ ਕਲੋਨੀ ਦੇ ਬੰਦੇ ਹੈ ਜਿਹੜਾ ਬੰਦਾ ਭੱਜ ਕੇ ਗਿਆ ਹੁਣ ਮੇਰੇ ਨਾਲ ਕੋਈ ਬੰਦਾ ਹੀ ਨਹੀਂ ਵੀਡੀਓ ਸਾਡੇ ਕੋਲ ਹੈਗੀ ਜਿਹੜੀ ਸਰ ਮੇਰੇ ਨਾਲ ਉਹ ਬੰਦਾ ਹੀ ਨਹੀਂ ਜੀ ਮੇਰੇ ਨਾਲ ਤੇ ਆ ਕਲੋਨੀ ਦਾ ਮੇਰੀ ਕਲੋਨੀ ਦਾ ਬੰਦਾ ਹੀ ਨਹੀਂ ਹੋਣਾ ਤੇ ਤੁਸੀਂ ਆਪਣਾ ਗੋਲੀਆਂ ਨਹੀਂ ਚਲਾਈਆਂ ਨਾ ਜੀ ਨਾ ਵੀਤੇ ਆ ਲਾ ਵੀਤੇ ਜਨਾਨੀ ਦਾ ਤੁਸੀਂ ਆ ਜਨਾਨੀ ਮਾਮਲਾ ਸਾਰਾ ਜੀ ਛਵਾਲੇ ਪਾਰਕ ਜਿਹੜੀ ਕਲੋਨੀ ਆ ਉਹਦੇ 'ਚ ਪਾਰਕ ਆ ਜੀ ਪਾਰਕ ਦੇ ਵਿੱਚ ਜਿਹੜੀ ਉਹਦੀ ਪਾਰਕ ਦੀ ਸਾਂਭ ਸੰਭਾਲ ਕਲੋਨੀ ਵਾਲੇ ਕਹਿੰਦੇ ਅਸੀਂ ਆਪ ਕਰਦੇ ਹਾਂ ਇਹ ਹਿੰਦੁਸਤਾਨ ਲੀਵਰ ਵਾਲੇ ਜਿਹੜੇ ਉਹ ਕੋਈ ਅਰੁਣ ਸ਼ਰਮਾ ਆ ਉਹ ਕਹਿੰਦੇ ਇੱਕ ਪ੍ਰਮੋਟਰ ਰੱਖੇ ਨੇ ਘਰਾਂ ਦੇ ਵਿੱਚ ਡੋਰ ਟੂ ਡੋਰ ਸਮਾਨ ਜਿਹੜਾ ਉਹ ਵੇਚਦੇ ਨੇ 10 ਕੇ ਲੋਕਾਂ ਨੂੰ ਪ੍ਰੋਡਕਟ ਜਿਹੜੇ ਉਹਨਾਂ ਦੇ ਉਹਦੇ ਵਿੱਚ ਕਲੋਨੀ ਵਾਲਿਆਂ ਨਾਲ ਆਪਸੀ ਤਕਰਾਰ ਹੋਇਆ ਪਾਰਕ ਦੇ ਵਿੱਚ ਉਹਦੇ ਸੰਬੰਧ 'ਚ ਕੋਈ ਇਹਨਾਂ ਦਾ ਆਪਸੀ ਝਗੜਾ ਹੋਇਆ ਉਹਦੇ ਸੰਬੰਧ 'ਚ ਅਸੀਂ ਤਸਦੀਕ ਕਰ ਰਹੇ ਹਾਂ ਜੋ ਵੀ ਗੱਲਬਾਤ ਸਹੀ ਹੋਊਗੀ ਉਹਦੇ ਮੁਤਾਬਕ ਜੋ ਬਣਦੀ ਕਾਨੂੰਨੀ ਕਾਰਵਾਈ ਜਿਸ ਪਾਰਟੀ ਤੋਂ ਕੀਤੀ ਜਾਊ ਉਹਨਾਂ ਵੱਲੋਂ ਗੋਲੀ ਵੀ ਹੈਗੀ ਜਿਹੜੀ ਗੋਲੀਆਂ ਚੱਲਣ ਦੀ ਗੋਲੀ ਦੀ ਕੋਈ ਵੀਡੀਓ ਸਾਨੂੰ ਅਜੇ ਉਹਨਾਂ ਨੇ ਦਿਖਾਈ ਨਹੀਂ ਆ ਕਿਉਂਕਿ ਗੋਲੀ ਚੱਲਣ ਵਾਲੀ ਸਿਵਾਈ ਗੱਲਬਾਤ ਸਾਹਮਣੇ ਤੇ ਉਹਦੇ ਸੰਬੰਧ 'ਚ ਉਨੀ ਬਣਦੀ ਕਾਨੂੰਨੀ ਕਾਰਵਾਈ ਜਿਹੜਾ ਅੰਦਰ ਬੰਦਾ ਬੈਠਾ ਸੀ ਇੱਕ ਭੱਜ ਗਿਆ ਕੰਧ ਟੱਪ ਕੇ ਪੁਲਿਸ ਦੇ ਅੰਦਰੋਂ
ਜਿਹਨੇ ਇੱਟਾਂ ਵੀ ਚਲਾਈਆਂ ਵਾ ਕੋਈ ਬੰਦਾ ਨਹੀਂ ਭੱਜਿਆ ਇੱਥੋਂ ਕੋਈ ਕਾਰਵਾਈ ਜਿਹੜੀ ਹੈ ਦੋਨੇ ਪਾਰਟੀਆਂ ਕਾਫੀ ਬੰਦੇ ਤੁਹਾਡੇ ਸਾਹਮਣੇ ਦੇਖੋ ਅਸੀਂ ਤਾਂ ਤਸਦੀਕ ਕਰ ਰਹੇ ਹਾਂ ਜੋ ਦੋਨੇ ਪਾਰਟੀਆਂ ਕਹਿ ਰਹੀਆਂ ਉਹਨਾਂ ਦੀ ਗੱਲ ਸੁਣ ਰਹੇ ਅਸੀਂ ਠੀਕ ਹੈ ਕੋਈ ਬਣਦੀ ਉਹ ਕਰ ਰਹੇ ਅੰਮ੍ਰਿਤਸਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।